इन लाइट इंडीकेशन हैगी अंपीयर मीटर लग्या होया स्विच ऑन करता रिवर्स करनी है कई बार की होंगे गन्ना फस जाता है ना ज़्यादा चला जाता उन्हें रिवर्स पॉइंट भी दिता होया बैक भी चले जाती है और फॉरवर्ड ये अगे न चलन लग गई ये रिवर्स से चलने लग गई। हाँ जी उस तो बाद जो वध लोड हो गया कि एम सी बी ए ट्रिप हो गया ज रिले जी लगी ट्रिप हो गई उन्होंने रीसैट करने के लिए एक पॉइंट लाया हो भाई जी हो रहा मशीन देखिया ने मैं वो मशीन के एक चीज़ होंगी भी गन्ने की बोरी जिम्मे आप तीन चार कट्ठिया ला देंगे होंगे वो ये कि लग जाए इन्हें भी एक ही लगती है क्योंकि इन्हें आप सब तो पहला हाइजीनिक का जोड़ा है ना वो ज़्यादा ध्यान रखा क्योंकि फस्ट एक टाइम ही आप यूज़ कर अपने हाथ बिल्कुल साफ ने है ना कोई इन दोबारा रस नहीं लगना कोई बैक्टीरिया वगैरह कोई मतलब ही नहीं बनता कि आऊगा और इन्हें जी अपनी हैगी मशीन के अंदर जी गरारियाँ है मेरे फुली स्टेनलेस स्टील है अपने दूसरिया जो होंगे गरारियाँ है ना वो लोहे वाली होंगे ਤੁਸੀਂ ਕਲੀਨਿੰਗ ਦੇਖ ਲਓ ਇਹਨਾਂ ਦੀ ਹਾਲੇ ਕਿ ਰਸ ਕੱਢਿਆ ਹੋਇਆ ਇਹਦੇ ਵਿੱਚੋਂ ਅੱਛਾ ਫਿਰ ਵੀ ਇਹ ਸਾਰਾ ਜਿਹੜਾ ਮਤਲਬ ਕਿ ਸਾਫ਼ ਕੀਤੀਆਂ ਹੋਈਆਂ ਨੇ ਇਹ ਆ ਫਾਰਵਰਡ ਚੱਲ ਪਈ ਹੁਣ ਜੀ ਇੱਥੋਂ ਆ ਰਿਵਰਸ ਹੋ ਜਾਣੀ ਅੱਛਾ ਇਹ ਫਾਰਵਰਡ ਤੇ ਰਿਵਰਸ ਹਾਂਜੀ ਜੀ 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 ਕਿ ਬਿਨਾ ਬਰਫ਼ ਕੇ ਠੰਡਾ ਗੰਨੇ ਦਾ ਜੂਸ ਹੁਣ ਜਿਹੜੇ ਬੰਦੇ ਨੇ ਆਮ ਦੇਖਦੇ ਨੇ ਉਹ ਤਾਂ ਕਹਿੰਦੇ ਨੇ ਯਾਰ ਬਾਈ ਠੰਡਾ ਕਰ ਦੇ ਪੂਰਾ ਠੰਡਾ ਕਰ ਦੇ ਇਹਨੂੰ ਕਹਿ ਦਿੰਦੇ ਨੇ ਇਸ ਤਰੀਕੇ ਨਾਲ ਹਨਾ ਹੁਣ ਇਹਦੇ ਵਿੱਚ ਬਿਨਾ ਬਰਫ਼ ਤੋਂ ਠੰਡਾ ਕਿਵੇਂ ਹੁੰਦਾ ਇਹਦੇ ਤੋਂ ਵੀਰੇ ਰੈਫਰੀਜਰੇਟਰ ਲੱਗਿਆ ਹੋਇਆ ਇਹਦੇ ਰਿਜ਼ਰਵ ਟੈਂਕ ਇੱਕ ਲੱਗਿਆ ਇਹਦੇ ਵਿੱਚ ਲੱਗਿਆ ਹੋਇਆ ਉਹਦੇ 'ਚ ਕੋਇਲ ਕਾਪਰ ਕੋਇਲ ਨਾ ਜਿਹੜੀ ਗੈਂਸ ਵਾਲੀ ਹੁੰਦੀ ਹੈ ਠੰਡਾ ਕਰਨ ਵਾਲੀ ਉਹ ਟੈਂਕ ਦੇ ਆਸੇ ਪਾਸੇ ਵੀ ਲੱਟੀ ਹੋਈ ਹੈ ਠੀਕ ਹੈ ਇਹਦੇ ਵਿੱਚੋਂ ਜਿੰਨਾ ਵੀ ਰਸ ਆਪਾਂ ਗੰਨਾ ਪਾਇਆ ਜੀ ਉਹ ਸਾਰਾ ਰਿਜ਼ਰਵ ਟੈਂਕ ਦੇ ਵਿੱਚ ਚਲੇ ਜਾਣਾ ਉਹਨਾਂ ਦੇ ਵਿੱਚ ਜਿਵੇਂ ਇੱਕ ਪੂਰੀ ਜਿਵੇਂ ਗਿਰ ਗਈ ਉਹ ਦੁਬਾਰਾ ਫੇਰ ਮੋੜ ਕੇ ਫੇਰ ਵਿੱਚ ਪਾ ਦਿੰਦੇ ਨੇ ਇਹਦੇ ਵਿੱਚ ਵੀ ਇਸ ਤਰੀਕੇ ਨਾਲ ਹੁੰਦਾ ਕਿ ਇੱਕ ਵਾਰ ਜੋ ਪੂਰੀ ਕਰ ਆਹੀ 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 ਚੀਜ਼ਾਂ ਆਪਾਂ ਨਾ ਧਿਆਨ 'ਚ ਰੱਖੀਆਂ ਉਹ ਦੁਬਾਰਾ ਪਾਵਾਂਗੇ ਆਪਣੇ ਹੱਥਾਂ 'ਤੇ ਬੈਕਟੀਰੀਆ ਕਿੰਨਾ ਲੱਗ ਜਾਂਦਾ ਰਸ ਉਹੀ ਲੱਗ ਕੇ ਫਿਰ ਨੁੱਚੜ ਕੇ ਫਿਰ ਆਪਣੇ ਗਲਾਸ ਦੇ ਰਸ ਦੇ ਵਿੱਚ ਬੈਕਟੀਰੀਆ ਜਾਂਦਾ ਹੈ ਨਾ ਗੰਦਗੀ ਜਾਂਦੀ ਹੈ ਤਾਂ ਉਹ ਚੀਜ਼ ਇਹਦੇ ਵਿੱਚ ਨਹੀਂ ਹੈਗੀ ਬਿਲਕੁਲ ਵੀ ਪੂਰਾ ਹਾਈਜੀਨ ਹੈ ਪੂਰਾ ਹਾਈਜੀਨ ਹੈ ਵੀਰੇ ਦੂਸਰਾ ਟੱਚ ਹੀ ਨਹੀਂ ਹੋਣਾ ਹੱਥ ਦਾ ਆਪਣਾ ਜਦੋਂ ਕਿਤੇ ਐਮਰਜੈਂਸੀ ਪੈਂਦੀ ਹੈ ਲਾਈਟ ਚਲੀ ਜਾਂਦੀ ਹੈ ਤਾਂ ਇਹਦਾ ਬੈਟਰੀ ਬੈਕਅਪ ਵੀ ਨਾਲ ਲਾਇਆ ਉਹ ਕਿੰਨਾ ਟਾਈਮ ਕੱਢ ਦਿੰਦਾ ਉਹ ਇੱਕ ਦਿਨ ਕੱਢ ਜਾਂਦਾ ਵੀਰੇ ਪੂਰਾ ਪੂਰਾ ਹਾਂਜੀ ਹਾਂਜੀ ਇੱਕ ਦਿਨ ਪੂਰਾ ਕੱਢ ਜਾਂਦਾ ਤਾਂ ਇਹਦਾ ਲੋਡ ਵੀ ਕੋਈ ਜ਼ਿਆਦਾ ਨਹੀਂ ਹੈਗਾ 500 ਵਾਟ ਦੀ ਮੋਟਰ ਇਹਦੇ 'ਚ ਲੱਗੀ ਹੋਈ ਆ ਅਤੇ 500-600 ਵਾਟ ਦਾ ਆਪਣਾ ਥੱਲੇ ਰੀਜਰ ਦਾ ਰੈਫਰੀਜਰੇਟਰ ਲੱਗਿਆ ਹੋਇਆ ਕਸਟਮਰ ਸਾਡੇ ਤੋਂ ਹੁਣ ਜਿਹੜੇ ਨਾ ਪਲਾਸਟਿਕ ਦੀ ਬੋਟਲ 2 ਲੀਟਰ ਵਾਲੀ ਹੁੰਦੀ ਹੈ ਉਹਦੇ 'ਚ 6-7 ਗਲਾਸ ਪੈਂਦੇ ਆ ਆਹ ਵਾਲੇ ਤਾਂ ਉਹ ਆਪਦੇ ਪੈਕ ਕਰਾ ਕੇ ਲੈ ਕੇ ਜਾਂਦੇ ਆ ਤਾਂ ਦੂਜੇ ਤੀਜੇ ਦਿਨ ਸਾਡੇ ਤੋਂ ਲੈ ਕੇ ਜਾਂਦੇ ਆ ਉਹ ਕਸਟਮਰ ਨੇ ਸਾਨੂੰ ਦੱਸਿਆ ਕਿ ਜੂਸ ਮਤਲਬ ਕੁਝ ਸਾਨੂੰ ਪ੍ਰੋਬਲਮ ਹੀ ਨਹੀਂ ਹੈਗੀ ਇਸ ਚੀਜ਼ ਦੀ ਗੰਨਾ ਸਾਫ਼ ਕਰਨ ਦੀ ਵੀ ਆਪਣੀ ਇੱਕ ਅਲੱਗ ਟੈਕਨੀਕ ਹੈ ਜੀ ਇੱਦਾਂ ਨਹੀਂ ਹੈ ਜਿੱਦਾਂ ਲੋਕ ਜਿੱਦਾਂ ਦੂਜੇ ਹੈਗੇ ਚਲੋ ਕਰਤਾ ਪਾਣੀ ਮਾਰਿਆ ਨਹੀਂ ਤਾਂ ਨਹੀਂ ਸਹੀ ਜੀ ਨਹੀਂ ਆਪਣੇ ਕੋਲ ਮਸ਼ੀਨ ਰੱਖੀ ਹੋਈ ਹੈ ਗੰਨਾ ਸਾਫ਼ ਕਰਨ ਵਾਸਤੇ ਜੀ ਇਹਦੀ ਵੀ ਮਸ਼ੀਨ ਰੱਖੀ ਹੈ ਹਾਂ ਇਹਦੀ ਸਾਫ਼ ਕਰਨ ਵਾਸਤੇ ਵੀ ਮਸ਼ੀਨ ਰੱਖੀ ਹੋਈ ਹੈ ਜਿਹਦੇ ਵਿੱਚੋਂ ਆਪਾਂ ਕੱਟ ਕਰਕੇ ਇੱਕ ਇੱਕ ਪੀਸ ਆਪਣਾ ਉਹਦੇ ਵਿੱਚੋਂ ਆਪਾਂ ਪਾਰ ਕਰਦੇ ਹਾਂ ਨਾਲੇ ਉਹਦੇ ਵਿੱਚ ਲੱਗੇ ਹੋਏ ਆ ਉਹ ਸਾਫ਼ ਕਰਨ ਵਾਸਤੇ ਉਹਨੂੰ ਪੂਰਾ ਰਗੜ ਕੇ ਸਾਫ਼ ਕਰਦੇ ਹਾਂ ਯਾਨੀ ਕਿ ਮੈਂ ਕਹਿੰਦਾ ਵੀ ਜਿਹੜੀ ਉੱਪਰਲੀ ਜਿਹੜੀ ਤਵਚਾ ਹੁੰਦੀ ਹੈ ਇਹਦੀ ਉਹ ਸਾਫ਼ ਕਰਨ ਨਾਲ ਸਾਫ਼ ਕਰੀ ਜਾਂਦੀ ਹੈ ਜੀ ਹਾਂ ਜੀ ਹਾਂ ਬਾਕੀ ਮਸ਼ੀਨਾਂ ਦੇਖੇ ਆਪਾਂ ਦੇਖੀਆਂ ਨੇ ਕਲਾੜੀਆਂ ਤੇ ਦੇਖੇ ਜਿਹੜੀਆਂ ਵਰਤੀ ਜਾਂਦੀਆਂ ਨੇ ਉਹ ਕਾਲਾ ਤੇਲ ਬਹੁਤ ਪਾਉਂਦੇ ਨੇ ਜਿਵੇਂ ਵੀਰੇ ਨੇ ਆਪ ਹੀ ਗੱਲ ਕਰਤੀ ਮੇਰਾ ਸਵਾਲ ਹੀ ਇਹ ਸੀ ਉਹ ਗਰਾਰੀਆਂ ਦੇ ਵਿੱਚ ਆ ਜਾਂਦਾ ਕਿਤੇ ਨਾ ਕਿਤੇ ਜੂਸ ਦੇ ਵਿੱਚ ਵੀ ਗਿਰਦਾ ਫਿਰ ਹਾਂਜੀ ਹਾਂਜੀ ਉਹਦੇ ਵੀਰੇ ਤੁਸੀਂ ਦੇਖਿਆ ਹੋਣਾ ਇੰਜਨ ਦਾ ਧੂੰਆਂ ਜਦੋਂ ਠੱਕ 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 ਚੱਲਦਾ ਹੈ ਨਾ ਉਹਦਾ ਧੂੰਆਂ ਵੀ ਬਹੁਤ ਜ਼ਿਆਦਾ ਹੋ ਜਾਂਦਾ ਉਹ ਹੋ ਗਿਆ ਫਿਰ ਉਹਦੇ 'ਚ ਕਾਲਾ ਤੇਲ ਪਾਉਂਦੇ ਆ ਗਰਾਰੀਆਂ ਦੇ ਵਿੱਚ ਗਰਾਰੀਆਂ ਦੇ ਵਿੱਚ ਚੱਲ ਜਾਂਦਾ ਹਾਂਜੀ ਗਰਾਰੀਆਂ ਦੇ ਵਿੱਚ ਕਾਲਾ ਤੇਲ ਪਾਉਣਾ ਪੈਂਦਾ ਜੀ ਉਹਨਾਂ ਦੇ ਵਿੱਚ ਹੈ ਨਾ ਇਹਨਾਂ ਦੇ ਵਿੱਚ ਆਪਣੇ ਜਿਹੜੀ ਸੀਲਿੰਗ ਲੱਗੀਆਂ ਹੋਈਆਂ ਜਿਹੜੀ ਜੂਸ ਵਾਲੀ ਹੈਗੀ ਨਾ ਉਹਦੀ ਸੀਲਿੰਗ ਜਿਹੜੀ ਹੈਗੀ ਉਹਦੀ ਨਹੀਂ ਹੁੰਦੀ ਉਹਦੇ ਕਾਲਾ ਤੇਲ ਪਾਉਂਦੇ ਆ ਇਹਦੇ ਵਿੱਚ ਆਪਣਾ ਲੁਬਰੀਕੈਂਟ ਆਇਲ ਪੈਂਦਾ ਉਹ ਸਾਈਡ ਤੇ ਮਤਲਬ ਕਿ ਸੀਲਿੰਗ ਤੋਂ ਬਾਅਦ ਅਲੱਗ ਹੁੰਦਾ ਅਲੱਗ ਪੋਰਸ਼ਨ ਹੈ ਹਾਂਜੀ ਸੀਲਿੰਗ ਉਹ ਹਾਂਜੀ ਸੀਲਿੰਗ ਜਿਹੜੀ ਹੈਗੀ ਨਾ ਉਹਦੇ ਤੋਂ ਬਾਹਰ ਵਾਲਾ ਪੋਰਸ਼ਨ ਹੈ ਜਿੱਥੇ ਗਰਾਰੀ ਚੱਲਦੀ ਹੈ ਹੈ ਨਾ ਤਾਂ ਇਹਦੇ ਵਿੱਚ ਕੋਈ ਆਇਲ ਵਗੈਰਾ ਤਾਂ ਮਤਲਬ ਹੀ ਨਹੀਂ ਬਣਦਾ ਕੋਈ ਤੁਮਕਾ ਵੀ ਆ ਜਾਏ ਕਿਸ ਚੀਜ਼ ਦਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ ਅਤੇ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਕਿਉਂਕਿ ਅੱਜ ਕੱਲ੍ਹ ਇੰਨਾ ਕੁ ਮਾਡਰਨ ਜ਼ਮਾਨਾ ਹੋ ਗਿਆ ਕੱਪੜੇ ਹੀ ਨਹੀਂ ਤੌਰ ਤਰੀਕੇ ਤੋਂ ਇਲਾਵਾ ਮਸ਼ੀਨਾਂ ਵੀ ਬਦਲ ਗਈਆਂ ਨੇ
पहला टाइम होंदा सी जां साडे बजुर्ग वर्जिश करदे हुंदे सी ना तां अक्सर एक चीज़ां पीते हुंदे सीगे, जिवें खाण पीण दे विच चीज़ां वधिया पीते हुंदे, खांदे पीते वधिया हुंदे सीगे। जे देसी खुराक की गल करां, देसी जूसां की गल करां, तां पीण दे विच ज्यादातर थक थुक जांदे सीगे। गर्मी का टाइम हुंदा सी तां कहिंदे सी वी जां तां शिकंजवी बना लो जां गन्ने का जूस कढ लो। गन्ने का जूस कढण दे विच की यूज़ हुंदा सीगा? उही देसी मोटरां, मोटर दे विच डीजल पा के किस तरीके दे नाल आपां कह दिंदे आ उह मशीन दे विच चेप के जिहड़ा गन्ने की बोरी हुंदी सी उस दे विचों रस कढ्या जांदा सीगा। पर युग इन्ना क एडवांस हो गया भी अज मैं थोनू मोहाली की धरती से लैके आया तो एक ऐसे नौजवान थानू मिलाउण लगे हाँ कि जिसने वो टकनीक जिहड़ी पंजाब दे विच कदे वरती नहीं गई पंजाब दे विच लियांदी, यानी कि हुण गन्ने का जूस कढ़न वास्ते बाली मशक्कत करन दी लोड़ नहीं। ये नहीं लोड़ भी यार पटा चढ़ा दे, पटा चढ़ा दे मोटर दे, भी यार पटा उतर गया मशीन खराब हो गई, ये चीज़ें ही छड़तियाँ। आह वेखो पहले तो सब तो पहले तुम मशीन देखो कितनी सोहनी है, सफाई इन्नी ज़्यादा। तुम मेरे ख्याल नाल किधरली साइड ते आ खड़ा इहदी बिल्कुल बैक साइड मार्केट दे ना गन्ने दे जूस पुराने वाली जिहड़ी हुंदी आ पुरानी मशीन हुंदी आ उह बाई खड़ा सीगा। उह मशीन ते मशीन दे विच जमीन असमान का फर्क है। इहनू वेख के कोई कह नहीं सकदा वी इत्थे शायद गन्ने का जूस निकलदा होऊगा। तो उहनू वेख के एक बार तो मन करदा वी चल हुण पीणा तां पैणा, गर्मी बहुत है चल इत्थों ही पी लैंदे आ, क्योंकि सफाई इस हद तक साफ नहीं हुंदी। इस मशीन के नाल तुहानू दस्सांगे वी मशीन दे विच की खासियत है, लैके आउण वाले बाई दे नाल मिलाउने आ कित्थों लैके आए, की सबब बनिया सीगा, कित्थे पहलां वरती गई। मैं सारी गलबात बाई ने करूँ। बाई सत श्री अकाल, ठीक ठाक हो? सत श्री अकाल बाई जी, की हाल है? मैं वीर अपना जसमेर सिंह जी। बई सब तो पहला मैंने एक गल दसो, गर्मियों का टाइम हूँ आ गया, हर एक बंदा कहना भी शिकंजवी बना ला या बना ला गन्ने का जूस कढ़ ला। आ पिछे मार्केट जी मैं हजे आया उत्थे पुराना काम सीगा, उही मशीन पुरानी वाली। आ मशीन तुहानू मिली कित्थों सब तो पहला? दा ये वीरे गुजरात तो ही आपां मंगवाई है। आइडिया एक हैगा सीगा कि आपां आपदा कुछ अलग करिए गन्ने दे जूस दा, आपां मतलब गर्मी दे विच कुछ ना कुछ अलग करन चाहुंदे सीगे आपां, है ना। तां उह हुण मशीन सानू जिहड़ी हैगी यूट्यूब तो ही सर्च करिया, स्टडी करी इहदे मशीन बारे कि आपां इहनूं किवें कर सकदे आ। तां उत्थे सानू गुजरात दी इक कंपनी मिली सीगी, तां गुजरात दे थ्रू मतलब कि उत्थों असीं फिर मशीन मंगवाई हैगी यूट्यूब, हाँ जी सारी उसे देख के सर्च करके फिर उत्थों मंगवाई है असीं। किन्ने टाइम पहला तुसीं देखी सी वीडियो, तुहाडी नज़र दे विच कदों आई सी? इह वीरे मैनूं स्टार्ट करे नूं हो गया 5-10 दिन हो गया, तां तकरीबन 15-20 दिन पहला मैं देखी सी महीना। हाँ जी देखी, फिर आप बनाउण दी कोशिश करी सी, उह सैटिंग नहीं आ रही सीगी कि इहनूं कित्थों स्टार्ट करिए कित्थों एंड करिए, है ना। तां उह हुण फिर गुजरात तों इक मॉडल मंगाया, हुण इहदी असीं जिहड़ी हैगी आ जिहड़ियां इहदे विच खमियां हैगियां उह असीं दूर करांगे, काफ़ी कमियां रिवर्स करनी है। कई बार की होंगे गन्ना फस जाता है ना, ज्यादा चला जाता है, रिवर्स पॉइंट भी दिता हो, बैक भी चले जाती है और फॉरवर्ड ये अगे नूं चलन लग गई, ठीक है, ये रिवर्स से चलन लग गई। हाँ जी, उस तो बाद जो वध लोड हो गया कितने MCB दे ट्रिप हो गया जां रिले जिहड़ी लगी ट्रिप हो गई उन्हूं रीसैट करन दे लई इह पॉइंट लाया होया। अच्छा, मतलब फुली सेफ्टी है इहदे विच, मतलब कि किसे तरह का वो भी नहीं हैगा। और गन्ना जिहड़ा तुसीं देखो जी, गन्ना भी अपना हैगा COG 85 है गन्ना, इहदी क्वालिटी भी जिहड़ी हैगी अलग है, इहदी मिठास भी अलग है, ते इहदे फायदे भी। इह फिर कित्थों लिआउंदे गन्ना? इह वीरे गन्ना अपना हरियाणे तों बाई लै के आउंदे आ, इह अपने नाल जिहड़े मेरे पार्टनर ने जिन्हां नाल काम शुरू करिया होया, ਤਾਂ ਇਹੀ ਗੁਜਰਾਤ ਉੱਥੋਂ ਹਰਿਆਣੇ ਤੋਂ ਮੰਗਵਾਉਂਦੇ ਆ। ਹਰਿਆਣੇ ਤੋਂ ਸਪੈਸ਼ਲ ਇੱਥੇ ਲੈ ਕੇ ਆਉਂਦੇ? ਹਾਂਜੀ। ਅੱਛਾ ਬਾਈ, ਜਿਹੜੀਆਂ ਹੋਰੀਆਂ ਮਸ਼ੀਨਾਂ ਦੇਖੀਆਂ ਨੇ ਮੈਂ, ਉਹ ਮਸ਼ੀਨਾਂ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਵੀ ਗੰਨੇ ਦੀ ਬੋਰੀ ਜਿਵੇਂ ਆਪਾਂ 3-4 ਇਕੱਠੀਆਂ ਲਾ ਦਿੰਦੇ ਹੁੰਦੇ ਨੇ ਉਹ। ਹਾਂਜੀ ਹਾਂਜੀ। ਇਹਦੇ ਵਿੱਚ ਕਿੰਨੀਆਂ ਲੱਗ ਜਾਂਦੀਆਂ ਨੇ ਇੱਕ ਵਾਰ 'ਚ? ਇਹਦੇ 'ਚ ਵੀਰੇ 21 ਲੱਗਦੀ ਆ, ਕਿਉਂਕਿ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਹਾਈਜੀਨਿਕ ਦਾ ਜਿਹੜਾ ਹੈਗਾ ਨਾ ਉਹ ਜ਼ਿਆਦਾ ਧਿਆਨ ਰੱਖਿਆ, ਠੀਕ ਹੈ, ਕਿਉਂਕਿ ਫਸਟ ਇੱਕ ਟਾਈਮ ਹੀ ਆਪਾਂ ਯੂਜ਼ ਕਰਿਆ, ਆਪਣੇ ਹੱਥ ਬਿਲਕੁਲ ਸਾਫ਼ ਨੇ, ਹੈ ਨਾ, ਕੋਈ ਇਹਦੇ ਦੁਬਾਰਾ ਰਸ ਨਹੀਂ ਲੱਗਣਾ, ਕੋਈ ਬੈਕਟੀਰੀਆ ਵਗੈਰਾ ਕੋਈ ਮਤਲਬ ਹੀ ਨਹੀਂ ਬਣਦਾ ਕਿ ਆਊਗਾ, ਠੀਕ ਹੈ। ਔਰ ਇਹਦੇ ਵਿੱਚ ਜਿਹੜੀ ਆਪਣੀ ਹੈਗੀ ਆ ਮਸ਼ੀਨ ਦੇ ਅੰਦਰ ਜਿਹੜੀਆਂ ਗਰਾਰੀਆਂ ਹੈਗੀਆਂ ਇਹ ਵੀਰ ਫੁੱਲੀ ਸਟੇਨਲੈਸ ਸਟੀਲ ਹੈ, ਆਪਣੇ ਦੂਸਰੀਆਂ ਜਿਹੜੀਆਂ ਹੁੰਦੀਆਂ ਗਰਾਰੀਆਂ, ਹੈ ਨਾ, ਉਹ ਲੋਹੇ ਵਾਲੀਆਂ ਹੁੰਦੀਆਂ, ਤੁਸੀਂ ਕਲੀਨਿੰਗ ਦੇਖ ਲਓ ਇਹਨਾਂ ਦੀ, ਹਾਲੇ ਕਿ ਰਸ ਕੱਢਿਆ ਹੋਇਆ ਇਹਦੇ ਵਿੱਚ। ਜੀ 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 ਬਿਲਕੁਲ। ਅੱਛਾ, ਫਿਰ ਵੀ ਇਹ ਸਾਰਾ ਜਿਹੜਾ ਮਤਲਬ ਕਿ ਸਾਫ਼ ਕੀਤੀਆਂ ਹੋਈਆਂ ਨੇ, ਇਹ ਆ ਫਾਰਵਰਡ ਚੱਲ ਪਈ ਹੁਣ ਜੀ, ਇੱਥੋਂ ਆ ਰਿਵਰਸ ਹੋ ਜਾਣੀ ਬਸ। ਅੱਛਾ, ਇਹ ਫਾਰਵਰਡ ਔਰ ਰਿਵਰਸ ਆਪੇ ਚੱਲੀ ਜਾਂਦੀ ਹੈ? ਜੀ 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 ਜੀ। ਕੀ ਬਾਤ ਹੈ ਦਰਸ਼ਕੋ, ਤੁਸੀਂ ਇੱਕ ਚੀਜ਼ ਵੇਖੋ ਵੀ ਕਿੰਨੀ ਖਾਸੀਅਤ ਹੈ, ਕਿੰਨੀ ਸੋਹਣੀ ਲੱਗਦੀ ਹੈ ਨਾ ਚੀਜ਼, ਵੀ ਬੰਦਾ ਆਪਣੇ ਆਪ ਮੱਲੋ ਮੱਲੀ, ਹੁਣ ਮੇਰਾ ਵੀ ਦੇਖ ਦੇਖ ਕੇ ਮਨ ਕਰਨ ਲੱਗ ਗਿਆ ਵੀ ਯਾਰ ਚੱਲ ਗੱਲਾਂ ਦੇ ਨਾਲ ਨਾਲ ਆਪਾਂ ਜੂਸ ਵੀ ਕਢਾ ਲੈਂਦੇ ਹਾਂ, ਨਾਲੇ ਆਪਾਂ ਪੀ ਕੇ ਦੇਖ ਲਾਂਗੇ, ਨਾਲੇ ਆਪਣੀ ਇੰਟਰਵਿਊ ਹੋ ਜੂਗੀ। ਅੱਛਾ ਬਾਈ, ਇੱਕ ਹੋਰ ਚੀਜ਼ ਹੈ, ਬਾਹਰ ਮੂਹਰੇ ਲਿਖਿਆ ਹੋਇਆ ਜਿਵੇਂ ਆ ਕਿ ਬਿਨਾਂ ਬਰਫ਼ ਕੇ ਠੰਡਾ ਗੰਨੇ ਕਾ ਜੂਸ, ਹੁਣ ਜਿਹੜੇ ਬੰਦੇ ਨੇ ਆਮ ਦੇਖਦੇ ਨੇ
वह तो कहें यार भाई ठंडा कर दे पूरा ठंडा कर देने कह देंगे इस तरीके है ना। हूँ ये बिना बर्फ तो ठंडा किमें आता फिर ए तो वीरे रेफ्रीजरेटर लग्या होया रिजर्व टैंक एक लग्या इन लग्या होया उन्हें कोयल कॉपर कोयल ना जी गैस वाली होंगी है ठंडा करने वाली वह टैंक के आसे पासे भी लेटी हुई है। ठीक है इन जिन्ना भी रस आप गन्ना पाया जी वह सारा रिजर्व टैंक के चले जाना। तुम वेख सकते हो दर्शकों भी एक गन्ने की पोरी जी पाती वीरे ने किस तरीके दे नाल वेच जांदी है ते इस तो बाद भाई फिर ये थले निकल जाती है थले भी रेंदे अपना लग्या होया बैंक जिहड़ा वेस्टेज बैंक जिहड़ा हैगा इहदे थले की है भाई इहदे थले वीरे टैंक आ इहदे इहदे विच जिहड़ा इत्थों पानी डुल गया जां पानी नाल साफ कराया जां कुछ भी है जिहड़ा रस डुल गया उह इहदे विच जाके हां जी उह नीचे चला जांदा कमाल है। मतलब साफ सफाई खास रहिंदी है कि कोई मक्खी भी क्योंकि तुहानूं पता मिठास ते मक्खी बहुत ज्यादा आउंदी है तां उहनूं थोड़ा रखण वास्ते ये जाली में लाई हुई है सारा इन चला जाते हैं साफ कर दे। अच्छा भाई एक सवाल आई जाता बार बार जिम्मे हूँ एक पूरी अंदर चल गई फिर कचरा कितने जाऊगा कचरा बैकसाइड तो दस रिजर्व बैंक बनया हो डस्टबिन टाइप बनया हो वेस्टेज बैंक इधरली साइड बनया हो। अच्छा आह देख सकते हो अच्छा जी गन्ने की बोरी से गिर गई जी। अच्छा जी जिम्मे जो दूसरे ने जो आम दर्शक जो होंगे ने जो गन्ने जस रूस जूस पिलाने वाले रस पिलाने वाले उन्होंने जिम्मे एक पूरी जिम्मे गिर गई वो दोबारा फिर मोड़ के फिर पा देंगे ये भी इस तरीके होंगे कि एक बार जो पूरी आही 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 चीज़ा अपना ध्यान च रखी वो दोबारा पावे अपने हाथों से बैक्टीरिया कि लग जाता रस उही लग के फिर नुचल के फिर अपने गिलास रस के बैक्टीरिया जाता है ना गंदगी जाती है तो वह चीज़ इन नहीं हैगी बिल्कुल भी पूरा हाइजीन है पूरा हाइजीन है वीर दूसरा टच ही नहीं होना हाथ का अपना कोई पाउन लग्या कोई यही है कि आप हाथ नाल निचोड़ के कोई चीज़ पावे असं जोड़ा भी है बिल्कुल भी हैंड टच नहीं है सिर्फ गन्ना पाउन तक का ही हैंड टच है पूरी सेफ्टी है। अच्छा भाई जिम्मे कि आम मशीन की गल की है भी जिहड़ियां आम गन्ने दे रस कढ़न वाली मशीन होंदियां ने उहनां दी कीमत वेख्या जावे तां वध तों वध मैं लालवां तां मोड़ खोड़ के लख दे कोल चल जूगी जे आपां कह दईए मैं शायद वध कह गया इह वी मैं ज़्यादा कहती पर जे इस मशीन की कीमत की गल करां मैं फिर किन्ने कीमत च फिर इत्थे मंगाई है इह वीरे आपां नूं 2 लख रुपए दे विच पई है पूरे 2 लख हाँ पूरे 2 लख वैसे 2.5 लख दे विच इक 60-70 दे करीब पै गई आपां नूं मतलब ट्रांसपोर्टेशन खर्चा और इहदे नाल जिहड़ा बैंक भी लिया होया आपां पावर बैंक जिहड़ा हैगा ना। अच्छा बैटरियां दा मतलब बैटरी बैकअप भी इनवर्टर बैटरी बैकअप भी हैगा इहदा। अच्छा जदों कितें एमरजेंसी पैंदी है लाइट चली जांदी है तां इहदा बैटरी बैकअप भी नाल लाया ओह किन्ना टाइम कढ दिंदा ओह इक दिन कढ जांदा वीरे पूरा पूरा इक दिन हां जी हां जी इक दिन पूरा कढ जांदा तां इहदा लोड भी कोई ज्यादा नहीं हैगा 500 वाट दी मोटर इहदे च लगी हुई है ते 5-600 वाट दा अपना थल्ले फ्रीजर दा रेफ्रिजरेटर लग्गिया होया। अच्छा होर इस तों बाद कोई लोड नहीं हैगा जी जिवें आ टूटियां ने भाई जिवें हुण जूस विच निकल गया जिहड़ा स्टोर हो गया ओह इहदे विच आ जाऊगा फिर ओह हुण वीरे आपां इत्थे इहदे विच ना डोजिंग पंप लगे होए थल्ले ठीक है रिजर्व बैंक तों नाल डोजिंग पंप लाए होए आ डोजिंग पंप दा बटन आप पुश बटन आ दिते हुए इन उपर आप पुश बटन है हाँ जी हाँ जी इन ही अपना आ मीटर जो डोजिंग पंप है उन्होंने मीटर लगे हुए जिन्ना रस कढ़ना 300 ml कढ़ना हुण इन्दे ते असी करिया होया 50-60 ml उन्दे दूसरी जिहड़ी टूटी हैगी आ उन्दे ते असी करिया होया 300-350 ml दे करीब पूरा जिंदे चो गलास निकलदा एक गिलास कढ दिंदा हाँ जी एक गिलास ही कढ़दा इह असीं सैंपलिंग दे लई जिहड़े टेस्ट करवाउणे आ ना जे तुसीं आए हुण ओह हुण तुहानूं टेस्ट करवाउंदे हाँ जी अलग कर दिया। अच्छा भाई एक मैं खासियत होर दसदा दर्शकों नूं देखदे देखदे भूमिका बन दिंदे एक होर थोड़ी जी इंट्रो दे दिंदे आ कि यह मशीन की खासियत इन्नी है या बाई की मैं कह दिंदा भी खासियत इन्नी है कि यह मशीन दे विच तुसीं गन्ने का रस जिहड़ा हुंदा पीने आपां एक टेस्ट का हुंदा इत्थे बड़े डिफरेंट डिफरेंट टेस्ट का मिलता है हुण मन दे विच सवाल होणगे यार की मरी जांदा भी गन्ने का रस अलग अलग टेस्ट का किवें हो सकदा है इधरली साइड ना बाई ने फ्लेवर रखे हुए ने ਇਹ ਜਿਹੜੇ ਹੁਣ ਜਵਾਕ ਆਉਂਦੇ ਨੇ ਬਾਈ ਉਹਨਾਂ ਕੋਲੇ ਕਹਿੰਦੇ ਨੇ ਮੈਂ ਤਾਂ ਗੰਨੇ ਦਾ ਰਸ ਨਹੀਂ ਪੀਣਾ ਮੰਮੀ ਮੈਂ ਤਾਂ ਕੁਝ ਹੋਰ ਪੀਣਾ ਫਿਰ ਬਾਈ ਉਹਨਾਂ ਨੂੰ ਉਹ ਦਿੰਦੇ ਇਹਦੇ ਨਾਲ ਜਵਾਕ ਆਉਂਦੇ ਹਨ ਗੰਨੇ ਦਾ ਰਸ ਦੇਖ ਕੇ ਭੱਜ ਜਾਂਦੇ ਆ ਤੇ ਉਹ ਫਿਰ ਉਹਨਾਂ ਨੂੰ ਫਿਰ ਲਾਲਚ ਲਾਉਣ ਵਾਸਤੇ ਇੱਕ ਤਾਂ ਉਹਨਾਂ ਨੂੰ ਸੈਂਪਲ ਟੇਸਟ ਕਰਵਾਉਣੇ ਆ ਸੀ ਹਨਾ ਜਿਵੇਂ ਗ੍ਰੀਨ ਐਪਲ ਰੱਖਿਆ ਹੋਇਆ ਲੀਚੀ ਹੈ ਰੋਜ਼ ਰੱਖਿਆ ਹੋਇਆ ਕੱਚਾ ਆਮ ਰੱਖਿਆ ਹੋਇਆ ਜਲਜੀਰਾ ਰੱਖਿਆ ਜੀ ਮਿੰਟ ਹੈ ਹਨਾ ਇਹ ਮਿਕਸ ਕਰਕੇ ਗੰਨੇ ਦੇ ਰਸ ਦੇ ਵਿੱਚ ਇਹ ਅਲੱਗ ਅਲੱਗ ਹਾਂਜੀ ਗੰਨੇ ਦਾ ਰਸ ਕੱਢਦੇ ਹਾਂ ਤੁਹਾਨੂੰ ਟੇਸਟ ਕਰਾਉਣੇ ਅਸੀਂ ਆਪ ਹੀ ਤੁਸੀਂ ਟੇਸਟ ਕਰਕੇ ਦੱਸੋਗੇ ਕਿ ਕੀ ਚੀਜ਼ ਹੈਗੀ ਹੈ ਤਾਂ ਬੱਚੇ ਅੱਜ ਕੱਲ੍ਹ ਪਿਓਰਟੀ ਤੋਂ ਭੱਜਦੇ ਆ ਨਹੀਂ ਪੀਤੀ ਜਾਂਦੀ ਉਹਨਾਂ ਤੋਂ ਮੇਦੇ ਪਚਾ ਵੀ ਨਹੀਂ ਸਕਦੇ ਹੈ ਨਾ ਤਾਂ ਉਹਦੇ ਲਈ ਰੱਖਿਆ ਕਿ ਚਲੋ ਕਿਸੇ ਨਾ ਕੋਈ ਤਾਂ ਕੋਈ ਨਾ ਪਹੁੰਚਾਉਣਗੇ ਕੁਛ ਬੱਚੇ ਤਾਂ ਲਾਈਕ ਕਰਨਗੇ ਚੀਜ਼ ਹੈ ਨਾ ਉਹਨਾਂ ਨੂੰ ਹਾਈਜੀਨਿਕ ਚੀਜ਼ ਮਿਲੂਗੀ ਤਾਂ ਇੱਕ ਆਪਾਂ ਦੇਸੀ ਚੀਜ਼ ਵੀ ਕਹਿ ਦਈਏ ਪਿਓਰ ਆਪਾਂ ਗੰਨੇ ਦਾ ਰੋਹ ਜਿਹੜਾ ਪੀਂਦੇ ਸੀਗੇ ਉਹ ਘਲਾੜਿਆਂ ਦੇ ਪੀਂਦੇ ਹੁੰਦੇ ਸੀਗੇ ਹੈ ਨਾ ਅਤੇ ਘਲਾੜੇ ਦਾ ਜਿਹੜਾ ਹੈਗਾ ਪਰ ਘਲਾੜੇ ਦੇ ਵਿੱਚ ਵੀ ਆਪਾਂ ਨੂੰ ਉੱਨੀ ਸਾਫ਼ ਸਫਾਈ ਨਹੀਂ ਮਿਲਦੀ ਸੀਗੀ ਇਹਦੇ ਸਾਫ਼ ਸਫਾਈ ਦਾ ਮੇਨ ਧਿਆਨ ਰੱਖ ਕੇ ਪੂਰੀ ਓਰੀਜਨਲ ਚੀਜ਼ ਹੈ
एक डॉट भी मतलब कि पानी का नहीं है गया, कोई बर्फ नहीं हैगी इन्दे विच। बर्फ हुण आपां दूसरा वीरे पीने ना उहदे बर्फ पता नहीं किहड़े पानी की बनी हुंदी आ, मार मार सुंबे उन्होंने लोहे के सुंबे मार मार के बर्फ तोड़नी है उहदे च कोई सूआ जिहड़ा पता नहीं कित्थे पहला मारिया हुंदा। हाँ जी हाँ जी हाँ जी, तां उही उह मतलब कि ध्यान च रखदे आ ना, कोई बर्फ दी इहदे च नहीं हैगा तां उहदे नाल कई आपां नूं बीमारियां भी हो जांदियां। तुसीं देखिया होणा साडे कोल हुण 15-20 दिन हो गया, कोई कस्टमर इहो जिहा नहीं हैगा जिहड़ा रिपीट ना होया होवे। अच्छा, मतलब दोबारा आउंदे साडे कोल इत्थे वीरे सैक्टर 15 तों एक परसन आउंदे आ, उह 2-3 लीटर दी भरा के लैके जांदे आ, उह 2 दिन चलदा जी उहनां दा। क्या बात है। हाँ जी, और की गल है कि इहनूं रेफ्रिजरेटर दे नाल ठंडा करके असीं इहनां नूं बोतल फिल कर दिंदे आ, उह जाके स्टोरेज कर दिंदे आ फ्रीजर दे विच, तां उह 2 दिन आराम नाल चल जांदा कोई इहदे। हाँ जी, नहीं तां आपणा टेस्ट चेंज हो जांदा ना इहदा। इहदा वीरे उहनां ने सानूं, असीं नहीं चैक करिया, ਇਹ ਸਾਨੂੰ ਉਹਨਾਂ ਨੇ ਦੱਸਿਆ, ਕਹਿੰਦੇ ਬਈ 2 ਦਿਨ ਸਾਡਾ ਵਧੀਆ ਚੱਲ। ਇਹ ਚੀਜ਼ ਮੈਂ ਦਰਸ਼ਕ ਵੀ ਵੇਖ ਰਹੇ ਹੋਣਗੇ ਕਿਉਂਕਿ ਗੰਨੇ ਦਾ ਰਸ ਜਿਹੜਾ ਅਕਸਰ ਪੀਂਦੇ ਨੇ, ਕਿਉਂਕਿ ਹੁਣ ਗਰਮੀਆਂ ਦਾ ਟਾਈਮ ਆ ਭਾਈ, ਅਕਸਰ ਹਾਈਵੇਜ਼ 'ਤੇ ਸੜਕਾਂ 'ਤੇ ਸਾਈਡ 'ਤੇ ਜਿਹੜੇ ਨੇ ਘਲਾੜੀਆਂ ਜਿਹੜੀਆਂ ਛੋਟੀਆਂ ਜਿਹੜੀਆਂ ਆਪਾਂ ਕਹਿੰਦੇ ਮਸ਼ੀਨਾਂ ਲਾ ਕੇ ਜਿਹੜੇ ਨੇ ਬੰਦੇ ਖੜੇ ਹੁੰਦੇ ਨੇ ਵੀ ਗੰਨੇ ਦਾ ਰਸ ਇੱਥੇ ਮਿਲਦਾ ਆ, ਉਹ ਉਸ ਐਟ ਅ ਟਾਈਮ ਪੀਣ ਵਾਲਾ ਹੁੰਦਾ ਬਸ, ਜਿਹਨੂੰ ਪੈਕ ਕਰਾ ਕੇ ਪੈਕਟ ਦੇ ਵਿੱਚ ਘਰੇ ਲੈ ਜਾਈਏ ਉਹਦਾ ਸਵਾਦ ਹੀ ਚੱਲ ਜਾਂਦਾ, ਟੇਸਟ ਚੇਂਜ ਹੋ ਜਾਂਦਾ ਜੀ ਹੁੰਦਾ। ਅਤੇ ਇਹ ਵਾਲਾ ਸਾਨੂੰ ਨਹੀਂ ਮਤਲਬ ਕਿ ਅਸੀਂ ਆਪ ਨਹੀਂ ਰਿਵਿਊਜ਼ ਦਿੱਤੇ, ਰਿਵਿਊ ਕਸਟਮਰ ਦੇ ਸੀਗੇ। ਅੱਛਾ, ਤਾਂ ਕਸਟਮਰ ਸਾਡੇ ਤੋਂ ਹੁਣ ਜਿਹੜੇ ਨਾ ਪਲਾਸਟਿਕ ਦੀ ਬੋਟਲ 2 ਲੀਟਰ ਵਾਲੀ ਹੁੰਦੀ ਹੈ ਉਹਦੇ 'ਚ 6-7.5 ਗਲਾਸ ਪੈਂਦੇ ਆ ਆਹ ਵਾਲੇ, ਤਾਂ ਉਹ ਆਪਦੇ ਪੈਕ ਕਰਾ ਕੇ ਲੈ ਕੇ ਜਾਂਦੇ ਆ, ਤਾਂ ਦੂਜੇ ਤੀਜੇ ਦਿਨ ਸਾਡੇ ਤੋਂ ਲੈ ਕੇ ਜਾਂਦੇ ਜੀ ਉਹ। ਉਹ ਕਸਟਮਰ ਨੇ ਸਾਨੂੰ ਦੱਸਿਆ ਕਿ ਜੂਸ ਮਤਲਬ ਕੁਝ ਸਾਨੂੰ ਪ੍ਰੋਬਲਮ ਹੀ ਨਹੀਂ ਹੈਗੀ ਇਸ ਚੀਜ਼ ਦੀ। ਅੱਛਾ, ਮੈਂ ਇੱਥੇ ਜਿਹੜੇ ਹੁਣ ਮੈਂ ਦੱਸ ਦੇਵਾਂ ਕਿ ਬਾਈ ਉਹਨਾਂ ਦੇ ਪਾਰਟਨਰ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ। ਵੀਰੇ, ਤੁਹਾਡਾ ਕੀ ਨਾਮ? ਮੈਂ ਸੰਦੀਪ ਕੌਸ਼ਿਕ ਬੋਲ ਰਿਹਾ ਜੀ। ਅੱਛਾ ਬਾਈ, ਤੁਸੀਂ ਨਾਲ ਹੀ ਹੋ ਬਾਈ ਦੇ ਇੱਥੇ ਫਿਰ? ਹਾਂਜੀ, ਮੇਰੇ ਨਾਲ। ਅੱਛਾ, ਜਿਵੇਂ ਬਾਈ ਨੇ ਕਈ ਸਵਾਲ ਕੀਤੇ, ਮੈਂ ਵੀ ਇੱਥੇ ਫਲੇਵਰ ਰੱਖੇ ਹੋਏ ਨੇ, ਕਦੇ ਕੋਈ ਐਸਾ ਕਸਟਮਰ ਆਇਆ, ਕੋਈ ਜਵਾਕ ਆਇਆ ਵੀ ਜਿਹੜਾ ਕਹਿੰਦਾ ਹੋਊਗਾ ਵੀ ਪਾਪਾ ਮੈਂ ਤਾਂ ਹੁਣ ਦੁਬਾਰਾ ਗੰਨੇ ਦਾ ਰਸ ਪੀਣਾ? ਦੇਖੋ ਜੀ, ਆਪਣੇ ਕੋਲ ਜਿੰਨੇ ਵੀ ਕਸਟਮਰ ਆਉਂਦੇ ਆ ਉਹ ਰਿਪੀਟ ਤਾਂ ਜ਼ਰੂਰ ਕਰਦੇ ਆ, ਨਾਲੇ ਇੱਕ ਵਾਰੀ ਟੈਸਟ ਚੈੱਕ ਕਰਨ ਤੋਂ ਬਾਅਦ ਕਹਿੰਦੇ ਆ ਹਾਂ ਸਾਨੂੰ ਇਹੀ ਟੇਸਟ ਚਾਹੀਦਾ ਹੁਣ। ਅੱਛਾ, ਜਿੱਦਾਂ ਆਪਣੇ ਕੋਲ ਗ੍ਰੀਨ ਐਪਲ ਹੈਗਾ ਅਤੇ ਅੱਜ ਕੱਲ੍ਹ ਜਿਹੜੇ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਗ੍ਰੀਨ ਐਪਲ ਬੜਾ ਪਸੰਦ ਆ ਰਿਹਾ, ਆਉਂਦੇ ਹੀ ਕਹਿੰਦੇ ਆ ਜੀ ਗ੍ਰੀਨ ਐਪਲ ਬਣਾ ਦਿਓ 2, ਕਿਸੇ ਬੱਚੇ ਨੂੰ ਲੀਚੀ ਵਾਲਾ ਪਸੰਦ ਆ ਗਿਆ ਜੀ ਸਾਨੂੰ ਲੀਚੀ ਬਣਾ ਕੇ ਦਿਓ, ਅਤੇ ਆਪਣੇ ਕੋਲ ਇੱਦਾਂ ਦੇ ਕਸਟਮਰ ਆਉਂਦੇ ਆ। ਅੱਛਾ, ਤੁਸੀਂ ਗੰਨੇ ਦੀ ਪੋਰੀ ਬਾਰੇ ਦੱਸਦੇ ਸੀਗੇ ਵੀ ਇਹ ਵੀ ਔਰਗੈਨਿਕ ਹੈ ਸਾਰੀ, ਬਿਨਾਂ ਸਪਰੇਹਾਂ ਰੇਹਾਂ ਤੋਂ ਬਣਾਈ ਹੋਈ? ਹਾਂਜੀ, ਦੇਖੋ ਜੀ, ਪਹਿਲੀ ਗੱਲ ਤਾਂ ਜਿਹੜਾ ਆਪਣਾ ਗੰਨਾ ਹੈ ਆਪਾਂ ਕੋਸ਼ਿਸ਼ ਕਰਦੇ ਹਾਂ ਕੁਆਲਿਟੀ ਦੇਣ ਦੀ, ਕਿ ਜਿਹੜਾ ਆਪਣੇ ਕੋਲ ਕਸਟਮਰ ਆਵੇ ਉਹਨੂੰ ਵਧੀਆ ਚੀਜ਼ ਦੇਈ ਜਾਵੇ। ਇੱਕ ਤਾਂ ਹਾਈਜੀਨਿਕ ਤਾਂ ਹੈ ਜੀ, ਇਹਦੇ ਵਿੱਚ ਕੋਈ ਟੱਚ ਨਹੀਂ ਹੈਗਾ, ਕੋਈ ਡਸਟ ਨਹੀਂ ਹੈਗਾ, ਕੋਈ ਕਾਲਾ ਤੇਲ ਮਸ਼ੀਨ 'ਚ ਨਹੀਂ ਪੈਂਦਾ, ਤੁਸੀਂ ਦੇਖੀ ਹੋਣੀ ਪ੍ਰੋਰ SS ਦੀ ਬਣੀ ਹੋਈ ਹੈ ਮਸ਼ੀਨ, ਠੀਕ ਹੈ, ਨੀਟ ਐਂਡ ਕਲੀਨ ਹੈਗੀ, ਨਾਲੇ ਆਪਾਂ ਕੋਸ਼ਿਸ਼ ਕਰਦੇ ਹਾਂ ਕੁਆਲਿਟੀ ਗੰਨੇ 'ਚ ਦੇਣਗੀ। ਗੰਨਾ ਆਪਣਾ COG 85 ਜਿਹੜਾ ਆਪਣਾ ਗੰਨਾ ਹੈਗਾ ਔਰਗੈਨਿਕ ਵੀ ਰੱਖਿਆ ਆਪਾਂ ਆਪਣੇ ਫਾਰਮਸ ਤੋਂ ਲੈ ਕੇ ਆਉਂਦੇ ਹਾਂ ਖੇਤਾਂ ਤੋਂ, ਠੀਕ ਹੈ ਜੀ। ਉਸ ਤੋਂ ਬਾਅਦ, ਹਾਂਜੀ, ਉਸ ਤੋਂ ਬਾਅਦ ਗੰਨਾ ਸਾਫ਼ ਕਰਨ ਦੀ ਵੀ ਆਪਣੀ ਇੱਕ ਅਲੱਗ ਟੈਕਨੀਕ ਹੈ ਜੀ। ਇੱਦਾਂ ਨਹੀਂ ਹੈ ਜਿੱਦਾਂ ਲੋਕ ਜਿੱਦਾਂ ਦੂਜੇ ਹੈਗੇ ਚਲੋ ਕਰਤਾ ਪਾਣੀ ਮਾਰਿਆ ਨਹੀਂ ਤਾਂ ਨਹੀਂ ਸਹੀ ਜੀ, ਨਹੀਂ, ਆਪਣੇ ਕੋਲ ਮਸ਼ੀਨ ਰੱਖੀ ਹੋਈ ਹੈ ਗੰਨਾ ਸਾਫ਼ ਕਰਨ ਵਾਸਤੇ ਜੀ। ਇਹਦੀ ਵੀ ਮਸ਼ੀਨ ਰੱਖੀ ਹੈ? ਹਾਂ, ਇਹਦੀ ਸਾਫ਼ ਕਰਨ ਵਾਸਤੇ ਵੀ ਮਸ਼ੀਨ ਰੱਖੀ ਹੋਈ ਹੈ, ਜਿਹਦੇ ਵਿੱਚੋਂ ਆਪਾਂ ਕੱਟ ਕਰਕੇ ਇੱਕ ਇੱਕ ਪੀਸ ਆਪਣਾ ਉਹਦੇ ਵਿੱਚੋਂ ਆਪਾਂ ਪਾਰ ਕਰਦੇ ਹਾਂ, ਨਾਲੇ ਉਹਦੇ ਵਿੱਚ ਲੱਗੇ ਹੋਏ ਉਹ ਸਾਫ਼ ਕਰਨ ਵਾਸਤੇ ਉਹਨੂੰ ਪੂਰਾ ਰਗੜ ਕੇ ਸਾਫ਼ ਕਰਦੇ ਹਾਂ। ਯਾਨੀ ਕਿ ਮੈਂ ਕਹਿੰਦਾ ਵੀ ਜਿਹੜੀ ਉੱਪਰੀ ਜਿਹੜੀ ਤਵਚਾ ਹੁੰਦੀ ਹੈ ਇਹਦੀ ਉਹ ਸਾਫ਼ ਮਸ਼ੀਨ ਨਾਲ ਸਾਫ਼ ਕਰੀ ਜਾਂਦੀ ਹੈ ਸਾਰੀ ਮਸ਼ੀਨ? ਜੀ ਹਾਂਜੀ ਹਾਂਜੀ, ਤਾਂ ਹੀ ਇਹਦਾ ਕਲਰ ਤੁਸੀਂ ਹੁਣ ਦੇਖੋਗੇ, ਇਹਦਾ ਕਲਰ ਤੁਸੀਂ ਚੈੱਕ ਕਰੋਗੇ ਨਾ ਗੰਨੇ ਦਾ ਵੀ, ਨਾਲ ਇਹਦੇ ਤੁਸੀਂ ਜੂਸ ਦਾ ਕਲਰ ਚੈੱਕ ਕਰੋਗੇ। ਬਿਲਕੁਲ, ਮੈਂ ਤਾਂ ਦਰਸ਼ਕਾਂ ਨੂੰ ਦਿਖਾਵਾਂ ਕਿ ਆ ਤੁਸੀਂ ਗੰਨੇ ਦਾ ਰੰਗ ਕਲਰ ਦੇਖੋ ਕਿਸ ਤਰੀਕੇ ਦਾ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਆਪਣਾ ਗੰਨੇ ਰੇੜੀ ਵਾਲੇ ਜਿਹੜੇ ਆਪਾਂ ਕਰਦੇ ਆ ਸਾਫ਼, ਉਹ ਸਰਫ ਨਾਲ ਸਾਫ਼ ਕਰਦੇ ਆ, ਦੇਖਿਆ ਹੋਣਾ ਤੁਸੀਂ, ਤੁਹਾਨੂੰ ਕਈ ਵਾਰੀ ਟੇਸਟ ਵੀ ਆਇਆ ਹੋਊਗਾ ਕਿਤੇ ਤੁਸੀਂ ਟਰਾਈ ਕਰਿਆ ਹੋਊਗਾ। ਇਹਦੇ ਵਿੱਚ ਅਸੀਂ ਮਸ਼ੀਨ ਇਸ ਕਰਕੇ ਯੂਜ਼ ਕਰਦੇ ਹਾਂ, ਕੋਈ ਇਹਦੇ ਸਰਫ ਨਹੀਂ ਯੂਜ਼ ਕਰਨ ਦੀ ਲੋੜ, ਛਿਲਕਾ ਲਾਇਆ ਹੋਇਆ ਉੱਪਰੋਂ ਛਿਲ ਕੇ, ਮਤਲਬ ਕਿ ਉਹ ਮਸ਼ੀਨ ਛਿਲ ਕੇ ਲਾਉਂਦੀ ਹੈ ਵੀਰੇ, ਕੋਈ ਇਹਦੇ ਸਿਰਫ ਇਕੱਲਾ ਪਾਣੀ ਔਰ ਕੱਪੜਾ ਮਾਰਨਾ ਅਸੀਂ ਜਿਹਦੇ ਨਾਲ ਸਾਫ਼ ਕਰਨਾ ਛਿੱਲਣ ਤੋਂ ਬਾਅਦ, ਕੋਈ ਸਰਫ ਨਹੀਂ ਇਹਦੇ ਯੂਜ਼ ਕਰਨੀ ਹੈ ਨਾ, ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਸ਼ੀਨ ਇਸ ਕਰਕੇ ਲਈ ਹੋਈ ਆ ਕਿ ਇਹਨੂੰ ਸਰਫ ਨਾਲ ਸਾਫ਼ ਨਾ ਕਰਨਾ। ਅੱਛਾ, ਇੱਕ ਬਾਈ ਜਿਵੇਂ ਵੀਰਾ ਦੱਸ ਰਿਹਾ ਸੀਗਾ ਹੁਣ ਗੱਲ, ਕਹਿੰਦੇ ਵੀ ਜਿਵੇਂ ਬਾਕੀ ਮਸ਼ੀਨਾਂ ਦੇਖੀ ਆਪਾਂ ਦੇਖੀਆਂ ਨੇ ਘਲਾੜੀਆਂ 'ਤੇ ਦੇਖੇ ਜਿਹੜੀਆਂ ਵਰਤੀ ਜਾਂਦੀਆਂ ਨੇ, ਉਹ ਕਾਲਾ ਤੇਲ ਬਹੁਤ ਪਾਉਂਦੇ ਨੇ, ਜਿਵੇਂ ਵੀਰੇ ਨੇ ਆਪ ਹੀ ਗੱਲ ਕਰਤੀ, ਮੇਰਾ ਸਵਾਲ ਹੀ ਇਹ ਸੀ, ਉਹ ਗਰਾਰੀਆਂ ਦੇ ਵਿੱਚ ਆ ਜਾਂਦਾ ਕਿਤੇ ਨਾ ਕਿਤੇ ਜੂਸ ਦੇ ਵਿੱਚ ਵੀ ਗਿਰਦਾ ਫਿਰ? ਹਾਂਜੀ ਹਾਂਜੀ, ਉਹਦੇ ਵੀਰੇ ਤੁਸੀਂ ਦੇਖਿਆ ਹੋਣਾ ਇੰਜਨ ਦਾ ਧੂੰਆਂ ਜਦੋਂ ਠੱਕ 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 ਚੱਲਦਾ ਹੈ ਨਾ, ਉਹਦਾ ਧੂੰਆਂ ਵੀ ਬਹੁਤ ਜ਼ਿਆਦਾ ਹੋ ਜਾਂਦਾ, ਉਹ ਹੋ ਗਿਆ, ਫਿਰ ਉਹਦੇ 'ਚ ਕਾਲਾ ਤੇਲ ਪਾਉਂਦੇ ਆ ਗਰਾਰੀਆਂ ਦੇ ਵਿੱਚ, ਗਰਾਰੀਆਂ ਦੇ ਵਿੱਚ ਚੱਲ ਜਾਂਦਾ। ਹਾਂਜੀ, ਗਰਾਰੀਆਂ ਦੇ ਵਿੱਚ ਕਾਲਾ ਤੇਲ ਪਾਉਣਾ ਪੈਂਦਾ ਜੀ ਉਹਨਾਂ ਦੇ ਵਿੱਚ ਹੈ ਨਾ। ਇਹਨਾਂ ਦੇ ਵਿੱਚ ਆਪਣੀ ਜਿਹੜੀ ਸੀਲਿੰਗ ਲੱਗੀਆਂ ਹੋਈਆਂ ਜਿਹੜੀ ਜੂਸ ਵਾਲੀ ਹੈਗੀ ਨਾ, ਉਹਦੀ ਸੀਲਿੰਗ ਜਿਹੜੀ ਹੈਗੀ ਉਹਦੀ ਨਹੀਂ ਹੁੰਦੀ, ਉਹਦੇ ਕਾਲਾ ਤੇਲ ਪਾਉਂਦੇ ਆ, ਇਹਦੇ ਵਿੱਚ ਆਪਣਾ ਲੁਬਰੀਕੈਂਟ ਆਇਲ ਪੈਂਦਾ, ਉਹ ਸਾਈਡ 'ਤੇ ਮਤਲਬ ਕਿ ਸੀਲਿੰਗ ਤੋਂ ਬਾਅਦ ਅਲੱਗ ਹੁੰਦਾ, ਅਲੱਗ ਪੋਰਸ਼ਨ ਹੈ। ਹਾਂਜੀ ਸੀਲਿੰਗ, ਉਹ ਹਾਂਜੀ ਸੀਲਿੰਗ ਜਿਹੜੀ ਹੈਗੀ ਨਾ ਉਹਦੇ ਤੋਂ ਬਾਹਰ ਵਾਲਾ ਪੋਰਸ਼ਨ ਹੈ ਜਿੱਥੇ ਗਰਾਰੀ ਚੱਲਦੀ ਹੈ ਹੈ ਨਾ।
ਤਾਂ ਇਹਦੇ ਵਿੱਚ ਕੋਈ ਆਇਲ ਵਗੈਰਾ ਤਾਂ ਮਤਲਬ ਹੀ ਨਹੀਂ ਬਣਦਾ, ਕੋਈ ਤੁਮਕਾ ਵੀ ਆ ਜਾਏ ਕਿਸ ਚੀਜ਼ ਦਾ। ਹਾਂਜੀ ਹਾਂਜੀ। ਅੱਛਾ ਭਾਈ, ਤੁਹਾਡੇ ਤੋਂ ਸਵਾਲ ਹੋਊਗਾ ਵੀ ਇੱਕ ਦਿਨ ਦੇ ਵਿੱਚ ਕੁੱਲ ਕਿੰਨਾ ਕੁ ਜਿਹੜਾ ਰਸ ਇਹ ਮਸ਼ੀਨ ਕੱਢ ਦਿੰਦੀ ਹੈ ਨੌਨ ਸਟੋਪ? ਦੇਖੋ ਜੀ, ਇਹਦਾ ਜਿਹੜਾ ਹੈ ਵੈਸੇ ਸਪੀਡ ਤਾਂ ਬਹੁਤ ਹੈ, ਜੇ ਕਹੀਏ ਤਾਂ ਇੱਕ ਘੰਟੇ 'ਚ 200 ਕੱਪ ਗਲਾਸ ਕੱਢ ਸਕਦੀ ਆ। ਇੱਕ ਘੰਟੇ 'ਚ 200 ਕੱਪ? ਹਾਂਜੀ, ਬੜੇ ਆਰਾਮ ਨਾਲ ਕੱਢ ਸਕਦੀ ਹੈ। ਡਿਪੈਂਡ ਕਰਦਾ ਜੀ ਆਪਣਾ ਕਿੰਨੀ ਕੁ ਰਿਕੁਆਇਰਮੈਂਟ ਹੈ। ਕੱਢਣ ਨੂੰ ਤਾਂ ਘੰਟੇ 'ਚ 200 ਗਲਾਸ ਕੱਢ ਦੇਗੀ ਆਹ, ਫਿਰ ਜੇ ਆਪਣਾ ਕਸਟਮਰ ਨਹੀਂ ਹੋਏਗਾ ਫਿਰ ਕਿਆ ਕਰੇਗੀ, ਠੀਕ ਹੈ ਨਾ। ਹੈ ਸਪੀਡ ਬਹੁਤ ਹੈ ਇਹਦੀ, ਨੌਨ ਸਟੋਪ ਚੱਲਦੀ ਹੈ, ਜਿੰਨਾ ਚਲਾ ਸਕਦੇ ਜਿੰਨਾ ਚਲਾ ਸਕਦੇ। ਹੁਣ ਤੱਕ ਇਸ ਮਸ਼ੀਨ ਜਿਵੇਂ ਹੁੰਦੀ 10-15 ਦਿਨ ਤੁਹਾਨੂੰ ਹੋ ਗਏ ਵਰਤਦੇ ਨੂੰ, ਕੋਈ ਇੱਕ ਅੱਧੀ ਪ੍ਰੋਬਲਮ ਆਈ ਹੋਵੇ? ਦੇਖੋ ਇਹਦੀ ਕੋਈ ਕੰਪਲੇਂਟ ਨਹੀਂ ਆਈ। ਹਾਂ, ਇੱਕ ਦੋ ਜਿਹੜੀਆਂ ਇਹਦੇ ਵਿੱਚ ਕਮੀਆਂ ਸੀ ਆਪਾਂ ਲੈ ਕੇ ਆਏ ਅਸੈਂਬਲ ਕਰਾ ਕੇ, ਜਿਹੜੀ ਜਿਹੜੀ ਕਮੀਆਂ ਸੀ ਉਹ ਆਪਾਂ ਦੂਰ ਕਰੀਆਂ, ਹੋਰ ਇੱਕ ਦੋ ਕਮੀ ਹੈਗੀ ਉਹ ਵੀ ਆਪਾਂ ਨਵੀਂ ਜਿਹੜੀ ਮਸ਼ੀਨ ਬਣਾਉਣ ਲੱਗੇ ਉਹਦੇ ਵਿੱਚ ਆਪਾਂ ਦੂਰ ਕਰ ਦਾਂਗੇ। ਅੱਛਾ ਬਾਈ, ਤੁਹਾਡੇ ਤੋਂ ਇੱਕ ਸਵਾਲ ਹੋਊਗਾ। ਮਾਰਕੀਟ ਤਾਂ ਬਹੁਤ ਵੱਡੀ ਹੈ, ਮੇਨ ਮਾਰਕੀਟ ਹੈ 3B2 ਮਾਰਕੀਟ। ਅਕਸਰ ਦੇਖਿਆ ਵੀ ਜਦ ਕੋਈ ਮਾਰਕੀਟ ਦੇ ਵਿੱਚ ਨਵੀਂ ਚੀਜ਼ ਲਾਂਚ ਕਰਦੇ ਨਾ ਤਾਂ ਉਹ ਤੇ ਉਂਗਲ ਲਾਉਣ ਵਾਲੇ ਬੜੇ ਹੁੰਦੇ ਨੇ, ਆਹ ਕੀ ਲਿਆਂਦਾ ਭਰਾਵਾ ਤੂੰ, ਇਹ ਕਿੱਥੇ ਚੱਲਣਾ ਤੇਰਾ, ਇੱਥੇ ਨਹੀਂ ਚੱਲਣਾ ਇਹ, ਇੱਥੇ ਤਾਂ ਦੂਜੀ ਚੀਜ਼ਾਂ ਚੱਲਣੀਆਂ ਨੇ। ਜਦ ਤੁਸੀਂ ਲਿਆਂਦੀ ਤੁਹਾਡੇ 'ਤੇ ਵੀ ਆਏ ਹੋਣਗੇ ਸਵਾਲ। ਬਾਈ, ਡੀਮੋਟੀਵੇਟ ਕਰਨ ਵਾਲੇ ਲੋਕ ਤਾਂ ਬਹੁਤ ਨੇ, ਪਰ ਆਪਾਂ ਡੀਮੋਟੀਵੇਟ ਵਾਲਿਆਂ ਲੋਕਾਂ ਦੇ ਪਿੱਛੇ ਨਹੀਂ ਲੱਗਦੇ, ਆਪਾਂ ਆਪਦੀ ਕੁਆਲਿਟੀ ਦੇ ਰਹੇ ਹਾਂ, ਹੈ ਨਾ। ਆਪਦਾ ਲੋਕ ਕਹਿਣ ਨੂੰ ਤਾਂ ਬਾਈ ਕਹਿ ਦਿੰਦੇ ਲਿਆ ਕੇ ਰੇੜੀ ਖੜੀ ਕਰ ਲਈ, ਰੇੜੀ ਦਾ ਜੂਸ ਵੇਚਦੇ ਹਾਂ, ਠੀਕ ਆ ਬਾਈ, ਵੇਚਦੇ ਹਾਂ ਕੋਈ ਚੱਕਰ ਨਹੀਂ, ਆਪਦਾ ਕੰਮ ਕਰਦੇ ਹਾਂ, ਆਪਾਂ ਕਿਹੜਾ ਕਿਸੇ ਲਈ ਕਮਾਉਣਾ, ਆਪਦੇ ਲਈ ਕਮਾਈ ਜਾਂਦੇ ਹਾਂ। ਤਾਂ ਉਹ ਲੋਕਾਂ ਦੀਆਂ ਟਿੱਚਰਾਂ ਨੂੰ ਬਾਈ ਆਪਾਂ ਜੇ ਮੱਦੇ ਰੱਖਦੇ ਹਾਂ ਤਾਂ ਫਿਰ ਆਪਾਂ ਕਾਮਯਾਬ ਨਹੀਂ ਹੋ ਸਕਦੇ। ਆਈਆਂ ਵੈਸੇ ਤੁਹਾਨੂੰ ਮਾਰੀਆਂ ਜਦੋਂ ਤੁਸੀਂ ਮਸ਼ੀਨ ਆਉਂਦੇ ਕਹਿੰਦੇ ਰੇੜੀ ਲਾ ਲਈ? ਅੱਛਾ ਠੀਕ ਹੈ, ਮਜ਼ਾਕ ਕਰ ਦਿੰਦੇ ਹੈ ਨਾ ਬਾਈ, ਕੋਈ ਚੱਕਰ ਨਹੀਂ, ਆਪਾਂ ਕਹਿੰਦੇ ਬਾਈ ਲਾਲੀ ਦਾ ਫਿਰ ਕੀ ਆ, ਬਾਹਰ ਜਾ ਕੇ ਵੀ ਲਾਉਣੀਆਂ ਪੈਂਦੀਆਂ, ਉੱਥੇ ਵੀ ਸਾਰਾ ਕੁਝ ਕਰਨਾ ਪੈਂਦਾ, ਜੇ ਇੱਥੇ ਕੋਸ਼ਿਸ਼ ਕਰ ਲਈਏ ਆਖਿਰਕਾਰ ਜਾਣਾ ਤਾਂ ਬਾਹਰ ਹੀ ਪੈਂਦਾ, ਆਪਣਾ ਸਿਸਟਮ ਹੀ ਇਹੋ ਜਿਹਾ ਹੈਗਾ, ਪਰ ਇੱਕ ਕੋਸ਼ਿਸ਼ ਹੈਗੀ ਆ ਕਿ ਆਪਾਂ ਸ਼ਾਇਦ ਇੱਥੇ ਵੀ ਕਾਮਯਾਬ ਹੋ ਜਾਈਏ। ਪੰਜਾਬ ਦੀ ਪਹਿਲੀ, ਮੈਂ ਕਹਿ ਸਕਦਾ ਪੰਜਾਬ ਜਾਂ ਹਰਿਆਣਾ ਨੂੰ ਵੀ ਵਿੱਚ ਲੈ ਲੈਣਾ, ਪੰਜਾਬ ਹਰਿਆਣਾ ਦੀ ਸਭ ਤੋਂ ਪਹਿਲੀ ਮਸ਼ੀਨ ਆ ਜਿਹੜੀ ਇਸ ਟਾਈਮ ਬਾਈ ਉਹਨਾਂ ਕੋਲੇ ਆ, ਸਪੈਸ਼ਲ ਗੁਜਰਾਤ ਤੋਂ ਮੰਗਾਈ ਹੈ। ਅੱਛਾ ਬਾਈ, ਖਾਸੀਅਤ ਹੋਰ ਸੀਗੀ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਇਹ ਮਸ਼ੀਨ ਤੁਸੀਂ 2 ਲੱਖ ਦੇ ਵਿੱਚ ਮਿਲੀ ਹੈ ਤੁਹਾਨੂੰ, ਤੇ ਤੁਸੀਂ ਹੁਣ ਤਿਆਰ ਕਰਕੇ ਵੀ ਅੱਗੇ ਦੇਣੀ ਸ਼ੁਰੂ ਕੀਤੀ ਹੈ? ਹਾਂਜੀ ਵੀਰੇ, ਹੁਣ ਮੈਂ ਅੱਗੇ ਮਤਲਬ ਸਟਾਰਟ ਕਰਿਆ, ਇੱਕ ਮਸ਼ੀਨ ਅਸੀਂ ਆਪਦੀ ਪਹਿਲਾਂ ਤਿਆਰ ਦਿੱਤੀ ਹੋਈ ਹੈ ਬੰਨੀ, ਹੁਣ ਤਿਆਰ ਕਰਵਾ ਰਹੇ ਹਾਂ। ਤਾਂ ਉਹਦਾ ਇੱਕ ਤਾਂ ਸਾਈਜ਼ ਜਿਹੜਾ ਹੈਗਾ ਵੇਸਟੇਜ ਜਿਹੜੀ ਆ ਆਪਾਂ ਕਹਿ ਦਈਏ ਹੈ ਨਾ ਫਾਲਤੂ, ਇਹ ਸਾਈਜ਼ ਘਟਾ ਰਹੇ ਹਾਂ। ਫਿਰ ਇੱਕ ਸਾਨੂੰ ਦਿੱਕਤ ਕੀ ਆ ਰਹੀ ਹੈ, ਇੱਥੋਂ ਇੱਧਰੋਂ ਜੂਸ ਕੱਢ ਰਹੇ ਹੁੰਦੇ, ਇੱਧਰੋਂ ਗੰਨਾ ਪਾਉਂਦੀ ਦਿੱਕਤ ਆਉਂਦੀ ਆ। ਹਾਂ, ਮਤਲਬ ਕਿ ਟੂਟੀ ਵੀ ਉੱਥੀ ਹੈ, ਗੰਨੇ ਦੀ ਪੋਰੀ ਵੀ ਉੱਥੇ ਪਊਗੀ, ਫਿਰ ਇਹਦੀ ਅਸੀਂ ਡਾਇਰੈਕਸ਼ਨ ਚੇਂਜ ਕਰਨ ਲੱਗੇ ਹਾਂ, ਮਤਲਬ ਕਿ ਇਹਦੀ ਡਾਇਰੈਕਸ਼ਨ ਅਲੱਗ ਹੋ ਜੇ ਔਰ ਜੂਸ ਜਿਹੜਾ ਕੱਢਣਾ ਹੁੰਦੇ ਟੂਟੀ ਅਲੱਗ ਹੋ ਜੇ। ਅੱਛਾ, ਤਾਂ ਉਹ ਅਸੀਂ ਘੱਟ ਰੇਟ ਦੇ ਵਿੱਚ ਹੁਣ ਜਿੰਨਾ ਵੀ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਘਟਾ ਕੇ ਅਸੀਂ, ਤਾਂ ਉਹ ਹੁਣ ਤਕਰੀਬਨ ਸਾਡਾ ਜਿਹੜੀ ਐਵਰੇਜ ਹੈਗੀ ਆ 1,40,000 ਤੋਂ 1.5 ਲੱਖ ਦੇ ਕਰੀਬ ਸਾਡਾ ਖਰਚਾ ਆਉਣਾ ਜਿਹੜੀ ਮਸ਼ੀਨ ਬਣਨੀ ਆ, ਜਿਹੜੀ ਆ 2 ਲੱਖ ਦੇ ਵਿੱਚ ਤਿਆਰ ਹੋਈ ਵੀ ਆ, ਉਹ ਅਸੀਂ 1,50,000 ਦੇ ਕਰੀਬ ਅਸੀਂ ਤਿਆਰ ਕਰ ਲਿਆ। ਅੱਛਾ ਬਾਈ, ਜਿਵੇਂ ਇਹ ਜਿਵੇਂ ਮਸ਼ੀਨ ਤਿਆਰ ਕਰਨ ਦੀ ਗੱਲ ਆ, ਹੁਣ ਕਾਫੀ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੋਊਗਾ ਵੀ ਚੱਲ ਆਪਾਂ ਵੀ ਲਾ ਲੈਂਦੇ ਹਾਂ ਆਪਣੇ ਆਪਣੇ ਸ਼ਹਿਰ ਦੇ ਵਿੱਚ, ਹੁਣ ਵੱਖ ਵੱਖ ਸ਼ਹਿਰ ਜਿਹੜੇ ਨੇ, ਲੁਧਿਆਣਾ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਬਠਿੰਡਾ ਹੋ ਗਿਆ, ਲੋਕ ਤਿਆਰ ਕਰਵਾਉਣ ਦੀ ਕੋਸ਼ਿਸ਼ ਕਰਨਗੇ, ਇਹ ਦਿਨ ਕਿੰਨੇ ਲੱਗਦੇ ਨੇ ਫਿਰ ਇਹਨੂੰ ਤਿਆਰ ਹੋਣ ਦੇ ਵਿੱਚ? ਇਹ ਵੀਰੇ 5-10 ਦਿਨ ਦੇ ਵਿੱਚ ਤਿਆਰ ਹੁੰਦੀ ਹੈ ਜੀ। 5-10 ਦਿਨ ਦੇ ਵਿੱਚ ਤਿਆਰ ਹੁੰਦੀ ਹੈ ਸਾਡੇ ਕੋਲ। ਵੈਸੇ ਹੁਣ ਤੱਕ ਮੇਰੇ ਕੋਲ 2-3 ਔਰਡਰ ਆ ਗਏ ਹੋਏ ਆ, ਆਲਰੇਡੀ ਆ ਗਏ ਹੋਏ ਆ। ਇੱਕ ਪਟਿਆਲੇ ਤੋਂ ਆਇਆ ਹੋਇਆ ਜੀ, ਇੱਕ ਮਲੇਰਕੋਟਲੇ ਤੋਂ ਆਇਆ ਹੋਇਆ, ਇੱਕ 5 ਫੇਸ ਤੋਂ ਹੀ ਆਪਣੇ ਬਾਈ ਹੈਗੇ ਆ, ਉਹਨਾਂ ਨੇ ਕਿਹਾ ਹੋਇਆ ਸੈਟਅਪ ਲਾਉਣ ਦਾ। 3 ਔਰਡਰ ਆ ਚੁੱਕੇ ਆ ਜੀ। ਅੱਛਾ, ਇਹਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਖੂਬੀਆਂ ਬਹੁਤ ਨੇ, ਖਾਮੀਆਂ ਵੀ ਹੋਣਗੀਆਂ ਕਾਫੀ, ਜਿਹੜੀਆਂ ਇਸ ਮਸ਼ੀਨ ਦੇ ਵਿੱਚ ਤੁਹਾਨੂੰ ਆ ਰਹੀਆਂ ਨੇ, ਵੀ ਅਗਲੀ ਮਸ਼ੀਨ ਦੇ ਵਿੱਚ ਉਹ ਚੀਜ਼ ਪੂਰੀ ਕਰ ਦਿੱਤੀ ਜਾਵੇ? ਉਹ ਪੂਰੀ ਕਰਨੀ ਹੈ ਜੀ, ਇਹੀ ਹੁਣ ਖਾਮੀਆਂ ਜਿਹੜੀਆਂ ਹੈਗੀਆਂ, ਛੋਟੀਆਂ ਪੁਆਇੰਟ ਜਿਹੜੇ ਹੈਗੇ ਆ ਉਹ ਅਸੀਂ ਕਲੀਅਰ ਕਰਨੇ ਆ। ਜਿਵੇਂ ਡੋਜ਼ਿੰਗ ਪੰਪ ਦੇ ਵਿੱਚ ਥੋੜ੍ਹਾ ਮਟੀਰੀਅਲ ਰਸ ਕਈ ਵਾਰੀ ਨਾ ਛਿਲਕਾ ਚਲਾ ਜਾਂਦਾ, ਜਿਵੇਂ ਛਾਨਣੀ ਕਹਿੰਦਾ, ਛਾਨਣੀ ਕਹਿ ਹੁੰਦੇ ਆ, ਉਹ ਥੋੜ੍ਹੀ ਉੰਨੀ ਨਹੀਂ ਬਣੀ ਹੋਈ ਵਧੀਆ, ਕਲੀਅਰ ਨਹੀਂ ਹੈਗੀ ਜਿੰਨੀ ਚਾਹੀਦੀ ਆ, ਉਹ ਹੁਣ ਅਸੀਂ ਡਬਲ ਕਰਾਂਗੇ ਉਹਨੂੰ। ਅੱਛਾ, ਛਾਨਣੀ ਜਿਹੜੀ ਵੈਸੇ ਹੀ ਪਲਾਸਟਿਕ ਦੀ ਲਾਈ ਹੋਈ ਆ ਹੁਣ, ਤੇ ਉਹਨੂੰ ਹੁਣ ਸਟੀਲ ਦੀ ਹੀ ਡਬਲ ਕਰਾਂਗੇ, ਤਾਂ ਕਿ ਜਿਹੜੇ ਕਈ ਵਾਰ ਗੰਨੇ ਦੀ ਜਿਹੜਾ ਛਿਲਕ ਵਿੱਚ ਆ ਜਾਂਦਾ ਡੋਜ਼ਿੰਗ ਪੰਪ ਦੇ ਵਿੱਚ ਚਲਾ ਜਾਂਦਾ, ਉਹ ਬਲੋਕੇਜ ਕਰ ਦਿੰਦਾ ਥੋੜ੍ਹੀ ਉਹ। ਓਕੇ, ਹਾਂਜੀ, ਉਹ ਫਿਰ ਸਾਨੂੰ ਖੋਲ੍ਹ ਕੇ ਸਾਫ਼ ਕਰਨਾ ਪੈਂਦਾ, ਤਾਂ ਉਹ ਇਹੋ ਜਿਹੀਆਂ ਜਿਹੜੀਆਂ ਪ੍ਰੋਬਲਮ ਹੈਗੀਆਂ ਉਹ ਅਸੀਂ ਸੋਲਵ ਕਰਾਂਗੇ। ਹਾਂਜੀ ਹਾਂਜੀ। ਮੈਂ ਦਰਸ਼ਕੋ ਜਦ ਮੈਨੂੰ ਪਤਾ ਲੱਗਿਆ ਸੀ ਨਾ, ਮੈਂ ਵੀਡੀਓ ਦੇਖੀਆਂ ਬਾਈ ਦੀ, ਇੰਟਰਵਿਊ ਪਹਿਲਾਂ ਵੀ ਹੋਈਆਂ, ਤਾਂ ਪਹਿਲਾਂ ਇੱਕ ਗੱਲ ਤਾਂ ਮੈਂ ਹੈਰਾਨ ਹੋਇਆ ਇਹ ਸੁਣ ਕੇ ਵੀ ਯਾਰ ਗੰਨੇ ਦੀ ਮਸ਼ੀਨ ਆ ਗਈ, ਗੰਨੇ ਦੇ ਰਸ ਪਲਾਉਣ ਦੀ ਮਸ਼ੀਨ ਆ ਗਈ। ਅਤੇ ਇੱਥੇ ਜਦ ਇੱਥੇ ਪਹੁੰਚਿਆ ਅਤੇ ਇੱਥੇ ਜਿਵੇਂ ਇੱਥੇ ਵੀ ਲਿਖਿਆ ਹੋਇਆ ਕਿ ਬਿਨਾਂ ਬਰਫ਼ ਕਾ ਠੰਡਾ ਗੰਨੇ ਕਾ ਜੂਸ, ਇਹ ਸੁਣ ਕੇ ਵੀ ਇੱਕ ਵਾਰ ਮੈਂ ਹੈਰਾਨ ਹੋਇਆ ਸੀ ਯਾਰ, ਬਿਨਾਂ ਬਰਫ਼ ਤੋਂ ਫਿਰ ਕੀ ਹਿਸਾਬ ਕਿਤਾਬ ਹੋਊਗਾ, ਜਾ ਕੇ ਦੇਖਦੇ ਹਾਂ। ਪਰ ਆਏ ਅਤੇ ਸਫਾਈ ਇੰਨਾ ਨੀਟ ਐਂਡ ਕਲੀਨ ਕੰਮ ਹੈ ਕਿ ਬੰਦੇ ਦਾ ਆਪ ਆ ਕੇ ਇੱਥੇ ਖੜ੍ਹ ਕੇ ਨਾ, ਜੇ ਹੁਣ
जैंको काठी रोल है जी अपना मेन काम अपना जी जी इस दे नाल शुरू करिया असीं तुसीं 3B2 दी मेन मार्केट सुनी होगी इत्थे जिन्ने भी यूथ आउंदा है घूमण फिरन रात नूं अपनी फैमिलीज़ दे नाल अपने बच्चियां दे नाल दोस्तां मित्रां दे नाल सके संबंधियां दे नाल इत्थे आंदे ने एक बार आके ना इत्थे बाइक कोले टेस्ट करके जरूर जायो मैं हुण टेस्ट करन लग्गिया पहलां तां की करूंगा जी ग्रीन एप्पल करूंगा भाई जी कोई करा लो एक एक करके तुहानूं टेस्ट करवाउणे आ मैं पहली वार सुणिया सी जिवें मैं आउण तों पहलां इत्थे चंडीगढ़ तां मैं हुण रस पी के पहलां आया सी तो मैं पीता सी सिंपल आ हुण आपां पीण लगे आ फ्लेवर वाले जी आ फ्लेवर आ जी ग्रीन एप्पल केड़ा ग्रीन एप्पल है जी क्या बात है ये तुसीं देखिया हुण 30 ml 40 ml कढ़िया ने हां आ वाला प्रॉपर जन की पिछे थले रीडिंग दित्ती हुई है इहनूं वधा घटा भी सकदे आ हां जी इहनूं सैट कर सकदे आ जिवें इहदा हुण सैट करिया होया जी असीं 200-300 ml तक ठीक है तां इहदा 50-60 ml तक करिया होया जिवें तुसीं दस्सिया कि सिर्फ टेस्ट कराउण वास्ते हां जी हां जी हां जी क्या बात है अच्छा बाई उन्होंने हुण आ देखो तुसीं देख सकदे हो कि बाई उन्होंने आह ग्रीन एप्पल का जिहड़ा आ रस जिहड़ा आ मैं कह सकदा विच गन्ने का रस जिहड़ा आ मेरे सामने तैयार करता तुसीं रंग वेखो पहलां तां जिहड़े आम लोग जिहड़े हुण पींदे ने गन्ने का रस पींदे ने ना उहदा जिहड़ा तुसीं रंग वेख सकदे हो शॉर्ट्स चल रहे होणगे बकायदा तो इहदा आपां इक वार टेस्ट करके वेख लैंदे आ वाकई यार एक गल तां है कि तुसीं आम लोगों को खड़ के जो बाईनी नाल खड़े होंगे ने हाईवेज से खड़े होंगे ने उन्होंने तो गन्ने का रस पीओगे ना तो यह गन्ने के रस के बहुत फर्क है एक तो फर्क यह है भी ये कोई भी मैं कहता शिल्क नहीं आ रहा जिमें आम आप रस पीने तो वो आ जाता है ये कि बई लीची है जी मतलब कि दो अलग अलग टेस्ट थोड़े सामने दिखाते आ ग्रीन एप्पल आ गया आ लीची आ गया ग्लास दे विच जिहड़ा रौ पैनी है ना उनका कलर देखो और उनकी थिकनेस देखो किन्नी है हुण मैं कहूंगा कैमरामैन नूं कहूंगा तुसीं क्लोज दिखायो कि हुण किस तरीके नाल आ देखो बाई ने गन्ने का रस कढ़ना शुरू करता क्लीयर देखो तो क्वालिटी देखो तो कलर देखो कलर तो ही बंदे दा ऐ पता लग जांदा वी हाँ इहदे विच किन्ना क मिक्स कीता होया किन्ना क गन्ना जिहड़ा प्योर होगा आ तुसीं वेखो कलर देखो मतलब इन्ना गन्ने का रस क्लीयर मैं कदे देखिया नहीं सीगा हाँ अक्सर एक चीज़ा देखिया होंदिया सी कि इहदे विच या तो कोई फूस फास वड़िया हुंदा सीगा या कई बार नमक मिर्ची जिहड़ा नमक जिहड़ा हुंदा सी उह वध पाया हुंदा सीगा आडी तैयार दा दिंदा हुंदा सीगा पर इस चीज़ दे विच इह चीज़ दी क्वालिटी बहुत है हाँ जिवें मैं शुरुआत दे विच गल कीती कि हर एक चीज़ दा युग हुंदा है हर एक चीज़ दी मॉडिफिकेशनज़ हुंदियां रहिंदियां ने ते बाई उहनां ने एक ऐसी तकनीक पंजाब दे विच लॉन्च कराई है कि मैनूं लगता है इस तो बाद हो सकता वड्डे वड्डे शहरों के बठिंडा अमृतसर जलंधर लुधियाना ये वड्डे वड्डे शहरों के भी हो सकता है इस चीज़ की डिमांड जी है वो वधन वाली है क्योंकि गर्मी का सीज़न हुण बाई शुरू होने वाला है तो हुण मैं कहना ना भी जिवें गर्मी के सीज़न के कड़ा बई ए मिंट है जी ए मिंट मैं हुण टेस्ट करके कर रहा क्योंकि वीडियो खत्म होने तो बाद आ सारे कप जिहड़े 4 पाए दीदे ने ना ये मैं पी जाने ने क्योंकि आके मैं तुहानूं पहले दस देवां नाल नाल रिव्यूज़ भी दे रहा हाँ कि इत्थे जिन्ने क लोग आउंदे ने दुबारा ऐसी चीज़ है कि दुबारा आउण लई इत्थे अक मतलब कि आ जांदे ने मजबूर हो जांदे ने भी यार दुबारा फिर चलीए बाई उहनां कोल जाके पी के आईए दुबारा रस अच्छा बाई आखिर दे विच जांदे प्रॉपर एड्रैस दस दिओ ते अपना संपर्क नंबर जरूर दे दिओ हाँ सर अपना कॉन्टैक्ट नंबर हैगा 9056565757 एक बार दुबारा 9056565757 9056555 5757 जैंको काठी रोल 3B2 बूथ नंबर 7 Sector 60 क्या बात है सो उम्मीद करना तुहानू वीडियो चंगी लगी होगी यार बई एक ऐसी तकनीक सी पहली बार सुनी तो सुन के मन दे विच ए आया वलवला कि हाँ किसी तरीके दे नाल इत्थे जाया जावे तो आके जिहड़ा आ ओह पी के टेस्ट कीती जावे तो मशीन देखी जावे किवें बनदी है ठंडा पूरा आ बिना बर्फ तो क्योंकि आम जिहड़े आपां रस पीने आ उहनां दे विच किस तरीके दे नाल सूआ मारदे ने किन्नी गंदगी दे नाल जिहड़ी बन के कई बार अपना पीण दा मन तां बहुत हुंदा आ पर देख के किस तरीके दे नाल बणदा ओह मन ही जिहड़ा आ अपना किरकिरा हो जांदा आ पर इत्थे आ के चाहे पीणा ना भी होवे ना बंदे दे मन दे विच ना भी होवे यार मैं नहीं रस पीणा पर इत्थे खड़ के 2 मिंट बंदे दा अपने आप मन कर जांदा वी यार मैं पी के जाणा उम्मीद करदा वीडियो चंगी लगी होगी वीडियो में शेयर कर दियो हो सकता है तुहाडी वीडियो तो कई लोगों के मन के क्रिएटिविटी आ जाए कि हाँ मशीन तैयार करवानी है बाई का संपर्क नंबर देता एड्रैस दसता तुसीं इत्थे पहुँच के टेस्ट करके मशीन अखी देख के सारी तैयार करवा सकते हो 5-10 दिन का समा लगता है मशीन सारी है ऑटोमैटिक है तैयार करके तुहानूं दे दित्ती जाएगी उम्मीद करदा वीडियो चंगी लगी होगी वीडियो वध तों वध शेयर कर दो असीं होर वीडियो समय समय सिर थोड़े तक साझी करता रहूँगा तद तक लई मैनूं यानी कि गुरप्रीत सिंह वल्लों दिओ इजाजत ते वेखदे रहो पंजाब न्यूज़ धन्यवाद